ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਟੱਡੀ ਅਤੇ ਇਨਫੋ ਵਿੱਚ ਤੁਹਾਡਾ ਸਵਾਗਤ ਹੈ। ਅੱਜ ਮੈਂ ਤੁਹਾਡੇ ਲਈ ਵਾਰਡ ਐਂਡ ਐਗਜ਼ਾਮ ਦੇ ਲਈ ਜੋ ਹੋਸਪਿਟਲ ਬੇਸਡ ਕੇਅਰ ਦੇ ਕੁਐਸਚਨ ਪਹਿਲਾਂ ਕਰਵਾਏ ਸੀ ਉਸਦਾ ਦੂਜਾ ਪਾਰਟ ਲੈ ਕੇ ਆਇਆ ਹਾਂ। ਇਸ ਵੀਡੀਓ ਵਿੱਚ ਆਪਾਂ ਕੁਝ ਇੰਪੋਰਟੈਂਟ ਕੁਐਸਚਨ ਹੈ ਜਿਹੜੇ ਉਹ ਕਰਾਂਗੇ। ਮੈਂ ਇਸ ਵੀਡੀਓ ਵਿੱਚ ਤਕਰੀਬਨ 12-13 ਕੁਐਸਚਨ ਹੀ ਲੈ ਕੇ ਆਇਆ ਹਾਂ। ਮੈਂ ਨਹੀਂ ਚਾਹੁੰਦਾ ਕਿ ਮੈਂ ਤੁਹਾਨੂੰ ਬੇਫਾਲਤੂ 40-50 ਕੁਐਸਚਨ ਇੱਕ ਵੀਡੀਓ ਵਿੱਚ ਕਰਵਾਵਾਂ, ਕਿਉਂਕਿ ਕੁਝ ਕੁਐਸਚਨ ਅਜਿਹੇ ਹੁੰਦੇ ਆ ਜਿਨ੍ਹਾਂ ਦਾ ਕੋਈ ਬੇਸ ਵੀ ਨਹੀਂ ਹੁੰਦਾ। ਮੈਂ ਸਿਰਫ ਤੇ ਸਿਰਫ ਤੁਹਾਨੂੰ ਉਦਾਂ ਦੇ ਕੁਐਸਚਨ ਕਰਵਾਉਣੇ ਚਾਹੁੰਦਾ ਜੋ ਕਿ ਤੁਹਾਡੇ ਐਗਜ਼ਾਮ ਦੇ ਹਿਸਾਬ ਨਾਲ ਇੰਪੋਰਟੈਂਟ ਹੋਣ। ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸ ਦੇਵਾਂ ਕਿ ਬਿਲਕੁਲ ਵੀ ਤੁਸੀਂ ਜਿਹੜੀਆਂ ਇਹ ਵੀਡੀਓਜ਼ ਨੇ ਇਹਨਾਂ ਦੇ ਸਿਰ ਉੱਤੇ ਹੀ ਨਾ ਬੈਠਿਓ। ਆਪਣੇ ਲੈਵਲ ਉੱਤੇ ਵੀ ਜਿਹੜਾ ਤੁਸੀਂ ਐਗਜ਼ਾਮ ਦੀ ਜਿਹੜੀ ਤਿਆਰੀ ਹੈ ਉਹ ਤੁਸੀਂ ਕਰੋ, ਚਾਹੇ ਕਿਤੋਂ ਵੀ ਬੁੱਕਸ ਜਿਵੇਂ ਕਿ ਜਿਹੜੇ ਵੀ ਹੈ GK 8ਵੀਂ ਪੱਧਰ ਤੱਕ ਦੀ, ਉਹ ਤਾਂ ਤੁਹਾਨੂੰ ਕਲੀਅਰ ਹੀ ਹੈ ਕਿ ਜਿਹੜੀ 8ਵੀਂ ਪੱਧਰ ਤੱਕ ਦੀ GK ਹੈ ਉਹ ਸਾਰੀ ਦੀ ਸਾਰੀ ਹੈ ਜਿਹੜੀ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪੰਜਾਬੀ ਦੀਆਂ ਬੁੱਕਸ ਵਿੱਚੋਂ ਚੱਕਣਗੇ ਉਹ। ਠੀਕ ਹੈ, ਤੁਸੀਂ ਉੱਥੋਂ ਉਹਨਾਂ ਨੂੰ ਤਿਆਰੀ ਜਿਹੜੀ ਉਹ ਕਰ ਸਕਦੇ ਹੋ। ਉਸ ਤੋਂ ਇਲਾਵਾ ਜਿਹੜੇ ਹੋਸਪਿਟਲ ਬੇਸਡ ਅਤੇ ਹੋਮ ਬੇਸਡ ਕੇਅਰ ਦੇ ਕੁਐਸਚਨ ਹੈ ਉਹਨਾਂ ਦੇ ਲਈ ਜਾਂ ਤੁਸੀਂ ਗੂਗਲ ਸਰਚ ਕਰ ਸਕਦੇ ਹੋ ਜੇਕਰ ਤੁਹਾਨੂੰ ਇੰਗਲਿਸ਼ ਵਧੀਆ ਆਉਂਦੀ ਹੈ। ਜੇਕਰ ਇੰਗਲਿਸ਼ ਵਧੀਆ ਨਹੀਂ ਆਉਂਦੀ ਤਾਂ ਤੁਸੀਂ ਕੁਝ ਵਧੀਆ ਚੈਨਲ ਜਿਹੜੇ ਤਿਆਰੀ ਕਰਵਾ ਰਹੇ ਹੈ ਉਹਨਾਂ ਨਾਲ ਤੁਸੀਂ ਜੁੜ ਕੇ ਇਸ ਦੀ ਤਿਆਰੀ ਕਰ ਸਕਦੇ ਹੋ। ਪਰੰਤੂ ਜਿੰਨੀ ਤਿਆਰੀ ਤੁਸੀਂ ਆਪਣੇ ਲੈਵਲ 'ਤੇ ਕਰੋਗੇ ਉਹ ਤੁਹਾਡੀ ਸਭ ਤੋਂ ਬੈਸਟ ਰਹੇਗੀ ਅਤੇ ਤੁਹਾਨੂੰ ਆਪਣੇ ਆਪ ਨੂੰ ਉਸ ਨਾਲ ਕੌਨਫੀਡੈਂਸ ਜਿਹੜਾ ਆਏਗਾ। ਚਲੋ ਅੱਜ ਦੀ ਵੀਡੀਓ ਹੁਣ ਸ਼ੁਰੂ ਕਰਦੇ ਹਾਂ। ਠੀਕ ਹੈ, ਸਭ ਤੋਂ ਪਹਿਲਾਂ ਆਪਣੇ ਕੋਲ ਕੁਐਸਚਨ ਬਣਦਾ ਇਸ ਵਿੱਚ ਜਿਹੜਾ ਉਹ ਹੈ ਤੁਹਾਡੀ ਸਕਰੀਨ 'ਤੇ ਹੁਣ ਦੇਖ ਸਕਦੇ ਹੋ ਤੁਸੀਂ। ਨੰਬਰ 1, ਯੂਨੀਵਰਸਲ ਸਾਵਧਾਨੀਆਂ ਵਿੱਚ ਕੀ ਹੁੰਦਾ ਹੈ? ਇਸ ਦੇ ਆਪਸ਼ਨਸ ਹਨ, ਨੰਬਰ 1 ਹੱਥ ਧੋਣੇ, ਨੰਬਰ 2 ਦਸਤਾਨੇ ਪਾਉਣੇ, ED ਗਾਊਨ ਪਹਿਨਣਾ, ਜਾਂ 7 ਉਪਰੋਕਤ ਸਾਰੇ। ਠੀਕ ਹੈ, ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਉਹ ਹੈਗਾ ਹੈ ਤੁਹਾਡੇ ਸਾਹਮਣੇ ਜਿਹੜਾ ਆਪਸ਼ਨ ਨੰਬਰ 7 ਉਪਰੋਕਤ ਸਾਰੇ। ਠੀਕ ਹੈ, ਤੁਸੀਂ ਇੱਦਾਂ ਦੇ ਜਿਹੜੇ ਕੁਐਸਚਨ ਹੈ ਮਤਲਬ ਦੇਖਣ ਤੋਂ ਹੀ ਤੁਹਾਨੂੰ ਪਤਾ ਲੱਗ ਰਿਹਾ ਹੈ ਕਿ ਸਾਰੀ ਚੀਜ਼ਾਂ ਜਿਹੜੀਆਂ ਜ਼ਰੂਰੀ ਹੈ, ਮਤਲਬ ਇੱਦਾਂ ਦੇ ਹੀ ਕੁਐਸਚਨ ਹੋਣਗੇ ਕਿਉਂਕਿ ਇਸਦਾ ਜਿਹੜਾ ਇਗਜ਼ਾਮ ਦਾ ਲੈਵਲ ਉਹ 8th ਬੈਚ ਦਾ ਹੀ ਹੋਏਗਾ। ਬਹੁਤ ਜ਼ਿਆਦਾ ਕੋਈ ਟਫ ਤੁਹਾਨੂੰ ਜਿਵੇਂ ਨਰਸਿੰਗ ਦੇ ਕੁਐਸਚਨ ਕਰਵਾਉਣ ਲੱਗ ਗਏ, ਕੁਛ MPHW ਜਿਹੜੀ ਹੈ ਉਹ ਵੀ ਤੁਹਾਡੇ ਲਈ ਹਾਈਲੀ ਲੈਵਲ ਹੈ ਕਿਉਂਕਿ ਉਹ 12th ਦਾ ਹੈ, ਉਸ ਤੋਂ ਇਲਾਵਾ 1 ਸਾਲ ਦਾ ਡਿਪਲੋਮਾ ਕੋਰਸ ਵੀ ਹੈ। ਇੰਨੇ ਜ਼ਿਆਦਾ ਮਤਲਬ ਕਿ ਕੁਐਸਚਨ ਨਹੀਂ ਆਉਂਦੇ, ਸਿਰਫ ਤੇ ਸਿਰਫ ਵਾਰਡ ਅਟੈਂਡਰਾਂ ਦੀ ਕਿੰਨਾ ਕਿਹੜੀਆਂ ਕਿਹੜੀਆਂ ਚੀਜ਼ਾਂ ਜ਼ਰੂਰੀ ਹਨ ਉਹਨਾਂ ਕੀ ਹੀ ਆਵੇਗਾ। ਇਸ ਤੋਂ ਇਲਾਵਾ ਜਿਵੇਂ ਦਵਾਈਆਂ ਜਾਂ ਕੋਈ ਇੱਦਾਂ ਦੇ ਹੋਰ ਬਿਮਾਰੀਆਂ ਨਾਲ ਸੰਬੰਧਿਤ ਬਹੁਤ ਜ਼ਿਆਦਾ ਨੋਰਮਲ ਬਿਮਾਰੀਆਂ ਪੁੱਛ ਸਕਦੇ ਹਾਂ, ਬਹੁਤ ਜ਼ਿਆਦਾ ਕਿਹੜੀ ਬਿਮਾਰੀ ਲਈ ਕਿਹੜਾ ਟੀਕਾ ਲਗਾਇਆ ਜਾਂਦਾ, ਇੱਦਾਂ ਦੇ ਜਿਹੜੇ ਹਾਈਲੀ ਲੈਵਲ ਦੇ ਕੁਐਸਚਨ ਹੈ ਉਹ ਨਰਸਿੰਗ ਜਾਂ MPHW 'ਚ ਪੁੱਛੇ ਜਾਂਦੇ ਆ, ਵਾਰਡ ਅਟੈਂਡ 'ਚ ਨਹੀਂ ਆਉਣਗੇ। ਇਸ ਵਿੱਚ ਸਿਰਫ ਬੇਸਿਕ ਕੁਐਸਚਨ ਹੀ ਪੁੱਛੇ ਜਾਣਗੇ। ਠੀਕ ਹੈ, ਇਸ ਲਈ ਉੱਦਾਂ ਦੇ ਕੁਐਸਚਨ ਹੀ ਪੜਿਓ। ਅਗਲਾ ਨੰਬਰ 2 ਕੁਐਸਚਨ ਕਰਦੇ ਹਾਂ ਆਪਾਂ, HIV ਜਿਹੜਾ ਉਹ ਕਿਹੜੇ ਵਾਇਰਸ ਨਾਲ ਹੁੰਦਾ ਹੈ? ਇਹ ਨੋਰਮਲ ਕੁਐਸਚਨ ਹੈ, ਤੁਹਾਨੂੰ ਆਉਣਾ ਚਾਹੀਦਾ ਹੈ। ਇਸ ਦਾ ਆਪਸ਼ਨ 1 ਹੈ ਹਿਊਮਨ ਇਮਿਊਨੋਡੀਫੈਂਸਿਸ ਸਿੰਡਰੋਮ, 2 ਟ੍ਰਿਪੈਨੋਪਲੇਡੀਅਮ, ED ਨਿਜੀਰੀਆ ਗਨੋਰੀਆ, ਜਾਂ 7 ਸਾਰਕੋਟਸ ਕੇਬਿਸ। ਤੁਹਾਨੂੰ ਪਤਾ ਹੀ ਹੈ HIV ਵਾਇਰਸ ਜਿਹੜਾ ਉਹ ਕਿਸ ਨਾਲ ਹੁੰਦਾ ਹੈ? ਹਿਊਮਨ ਇਮਿਊਨੋਡੀਫੈਂਸਿਸ ਸਿੰਡਰੋਮ। ਠੀਕ ਹੈ, ਤੁਹਾਨੂੰ ਪਤਾ ਹੀ ਹੈ HIV ਵਾਇਰਸ। ਇਸ ਦਾ ਬਾਰੇ ਜੇਕਰ ਕੋਈ ਹੋਰ ਡਾਊਟ ਹੈ ਤੁਸੀਂ ਗੂਗਲ 'ਤੇ ਸਰਚ ਕਰ ਲਓ, ਉੱਥੋਂ ਤੁਹਾਨੂੰ ਕਲੀਅਰ ਹੋ ਜਾਵੇਗਾ। ਅਗਲੀ ਵੀਡੀਓ ਦੇਖਦੇ ਹਾਂ। ਨੰਬਰ 3, ਨੈਨੀਟਾਲ ਟੈਟਨਸ ਨੂੰ ਖਤਮ ਕਰਨ ਲਈ ਕਿਹੜਾ ਤਰੀਕਾ ਸਹੀ ਨਹੀਂ ਹੈ? ਇਹ 4 ਤਰੀਕੇ 'ਤੇ ਹੋਏ ਹੈ। ਡਿਲੀਵਰੀ ਲਈ ਸਾਫ਼ ਥਾਂ, ਨੰਬਰ 2 ਹਵਾ ਦਾ ਸਾਫ਼ ਰਸਤਾ, ਨੰਬਰ 3 ਅਟੈਂਡੈਂਟ ਦੇ ਸਾਫ਼ ਹੱਥ, ਜਾਂ ਨੰਬਰ 4 ਕੋਡ ਕੱਟ ਦੇ ਲਈ ਸਾਫ਼ ਬਲੇਡ। ਇਹਨਾਂ ਵਿੱਚੋਂ ਕਿਹੜੀ ਚੀਜ਼ ਹੈ ਜਿਹੜੀ ਉਹ ਟੈਟਨਸ ਨੂੰ ਖਤਮ ਕਰਨ ਲਈ ਤਰੀਕਾ ਸਹੀ ਨਹੀਂ ਹੈ? ਇਸ ਵਿੱਚ ਆਪਸ਼ਨ B ਹੈ ਜਿਹੜਾ ਉਹ ਤੁਹਾਡਾ ਆਨਸਰ ਹੈ ਇਸਦਾ, ਕਿਉਂਕਿ ਹਵਾ ਦਾ ਸਾਫ਼ ਰਸਤਾ ਇਹ ਕੋਈ ਇੰਪੋਰਟੈਂਟ ਨਹੀਂ ਹੈ ਇਸ ਦੇ ਲਈ, ਟੈਟਨਸ ਦੇ ਲਈ। ਠੀਕ ਹੈ, ਅਗਲਾ ਕੁਐਸਚਨ ਆਪਾਂ ਕਰਦੇ ਹਾਂ, ਨੰਬਰ 4, ਗਿੱਲੇ ਹੱਥਾਂ ਨੂੰ ਸੁਕਾਉਣ ਲਈ ਕਿਹੜਾ ਤਰੀਕਾ ਸਭ ਤੋਂ ਵਧੀਆ ਹੈ? ਇਸ ਵਿੱਚ ਹੈ ਵਾਲ ਸੁਕਾਉਣ ਵਾਲੇ ਯੰਤਰ ਨਾਲ ਗਿੱਲੇ ਹੱਥ ਸੁਕਾਉਣਾ, ਠੀਕ ਹੈ, ਨੰਬਰ 2 ਤੌਲੀਏ ਨਾਲ ਗਿੱਲੇ ਹੱਥ ਸੁਕਾਉਣਾ, ਨੰਬਰ 3 ਸੁੱਕੀ ਹਵਾ ਨਾਲ ਗਿੱਲੇ ਹੱਥ ਸੁਕਾਉਣਾ, ਜਾਂ ਨੰਬਰ 4 ਇਹਨਾਂ ਵਿੱਚੋਂ ਕੋਈ ਨਹੀਂ। ਹੁਣ ਤੁਸੀਂ ਸੋਚ ਰਹੇ ਹੋ ਕਿ ਇਹ ਕਿਸ ਤਰ੍ਹਾਂ ਦਾ ਕੁਐਸਚਨ ਹੈ, ਇਵੇਂ ਦੇ ਹੀ ਕੁਐਸਚਨ ਬਣਦੇ ਹਨ ਜਿਹੜੇ ਵਾਰਡ ਅਟੈਂਡੈਂਟ ਦੇ ਲਈ ਹਨ, ਕਿਉਂਕਿ ਉਹ ਵਾਰਡ ਅਟੈਂਡੈਂਟ ਨੇ ਵਾਰ ਵਾਰ ਉਸਨੂੰ ਹੱਥ ਧੋਣ ਦੀ ਲੋੜ ਪੈਂਦੀ ਹੈ। ਕਈ ਵਾਰੀ ਉਸਨੇ ਕੋਈ ਨੁਕੀਲਾ ਸਮਾਨ, ਕੋਈ ਖੂਨ ਨਾਲ ਲਿਬੜਿਆ ਕੱਪੜਾ ਚੱਕਣਾ ਹੁੰਦਾ, ਕੁਛ ਵੀ ਉਸਨੂੰ ਵਾਰ ਵਾਰ ਹੱਥ ਧੋਣ ਦੀ ਲੋੜ ਪੈਂਦੀ ਹੈ, ਅਤੇ ਹੱਥ ਜਿਹੜੇ ਤੁਰੰਤ ਸੁਕਾਉਣੇ ਹੁੰਦੇ ਹੈ। ਇਸ ਦੇ ਲਈ
ਇਹ ਕੁਐਸਚਨ ਉਸ ਵਿੱਚੋਂ ਲਿਆ ਗਿਆ ਹੈ। ਠੀਕ ਹੈ, ਹੱਥ ਸੁਕਾਉਣ ਲਈ ਉਸਨੂੰ ਜਿਹੜਾ ਉਹ ਵਾਲ ਸੁਕਾਉਣ ਵਾਲਾ ਯੰਤਰ ਹੈ ਜਿਹੜਾ ਉਸਦੀ ਵਰਤੋਂ ਕਰ ਸਕਦਾ ਹੈ, ਜਾਂ ਫਿਰ ਇਸ ਵਿੱਚ ਤੁਸੀਂ ਆਪਸ਼ਨ ਜਾਂ ਏ ਹੋਵੇਗਾ ਜਾਂ ਸੀ। ਠੀਕ ਹੈ, ਜਿਹੜਾ ਮੈਂ ਚਾਰ ਆਪਸ਼ਨ ਲਏ ਨੇ, ਪਰੰਤੂ ਇਗਜ਼ਾਮ ਵਿੱਚ ਜਿਹੜਾ ਇਸ ਵਿੱਚੋਂ ਇੱਕ ਹੀ ਆਪਸ਼ਨ ਹੋਵੇਗਾ, ਇਹ ਦੋਨੇ ਨਹੀਂ ਬਣਦੇ। ਜੋ ਇਗਜ਼ਾਮ ਵਿੱਚੋਂ ਚਾਰ ਆਪਸ਼ਨ ਆਉਣਗੇ ਉਹਨਾਂ ਵਿੱਚੋਂ ਇਹਨਾਂ ਦੋਵਾਂ 'ਚੋਂ ਇੱਕ ਆਪਸ਼ਨ ਹੋਏਗਾ। ਤੁਸੀਂ ਇਸ ਵਿੱਚ ਦੇਖ ਸਕਦੇ ਹੋ ਏ ਵੀ ਸਹੀ ਹੈ ਅਤੇ ਸੀ ਵੀ ਸਹੀ ਹੈ। ਠੀਕ ਹੈ, ਅਗਲਾ ਪੰਜਵਾਂ ਨੰਬਰ ਕੁਐਸਚਨ, ਵਾਰਡ ਅਟੈਂਡੈਂਟ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ? ਇਸ ਵਿੱਚ ਹਨ ਏ ਨਰਸ, ਬੀ ਡਾਕਟਰ, ਸੀ ਕਲਰਕ ਜਾਂ ਡੀ ਜਨਰਲ ਡਿਊਟੀ ਅਸਿਸਟੈਂਟ। ਠੀਕ ਹੈ, ਵਾਰਡ ਅਟੈਂਡੈਂਟ ਨੂੰ ਇਸ ਵਿੱਚੋਂ ਕਿਹੜੇ ਹੋਰ ਨਾਮ ਨਾਲ ਜਾਣਿਆ ਜਾਂਦਾ ਹੈ? ਇਸਦਾ ਸਹੀ ਉੱਤਰ ਹੈ ਆਪਸ਼ਨ ਨੰਬਰ ਡੀ, ਜਨਰਲ ਡਿਊਟੀ ਅਸਿਸਟੈਂਟ। ਠੀਕ ਹੈ, ਅਗਲਾ ਕੁਐਸਚਨ ਦੇਖ ਲਓ, ਰਿਗਸ ਵਾਰਡ ਲਈ ਕਿਹੜਾ ਕਥਨ ਸਹੀ ਹੈ? ਰਿਗਸ ਵਾਰਡ ਤੁਸੀਂ ਸਰਚ ਕਰਕੇ ਪੜ੍ਹ ਸਕਦੇ ਹੋ, ਰਿਗਸ ਵਾਰਡ ਕੀ ਹੁੰਦਾ ਹੈ। ਨੰਬਰ ਏ ਹੈ, ਰਿਗਸ ਵਾਰਡ ਨੂੰ ਜ਼ਿਆਦਾ ਨਰਸਾਂ ਦੀ ਲੋੜ ਹੁੰਦੀ ਹੈ। ਨੰਬਰ ਬੀ, ਨਿਰਮਾਣ ਅਤੇ ਰੱਖ ਰਖਾਓ ਮਹਿੰਗਾ ਹੁੰਦਾ ਹੈ। ਨੰਬਰ ਸੀ, ਇਹਨਾਂ ਵਿੱਚੋਂ ਕੋਈ ਨਹੀਂ। ਜਾਂ ਨੰਬਰ ਡੀ, ਏ ਅਤੇ ਬੀ ਦੋਨੋਂ। ਇਸਦਾ ਜਿਹੜਾ ਸਹੀ ਉੱਤਰ ਹੈ ਏ ਅਤੇ ਬੀ ਦੋਨੋਂ। ਠੀਕ ਹੈ, ਅਗਲਾ ਕੁਐਸਚਨ ਹੈ ਤੁਹਾਡੇ ਸਾਹਮਣੇ, ਅਜਿਹਾ ਰੋਗ ਜਾਂ ਬਿਮਾਰੀ ਜੋ ਬਹੁਤ ਘੱਟ ਸਮੇਂ ਲਈ ਹੁੰਦਾ ਹੈ ਉਸਨੂੰ ਕੀ ਕਹਿੰਦੇ ਹਨ? ਮਤਲਬ ਕਿ ਥੋੜ੍ਹੇ ਸਮੇਂ ਲਈ ਜਿਹੜਾ ਰੋਗ ਹੋਵੇ ਉਹ ਅਜਿਹੇ ਰੋਗ ਨੂੰ ਕੀ ਕਿਹਾ ਜਾਂਦਾ ਹੈ? ਇਸਦੇ ਆਪਸ਼ਨਸ ਹਨ ਏ ਅਲਪਕਾਲੀਨ ਰੋਗ, ਬੀ ਏਡਸ ਮਹਾਂਮਾਰੀ, ਜਾਂ ਸੀ ਦੀਰਘਕਾਲੀਨ ਰੋਗ, ਜਾਂ ਡੀ ਮਹਾਂਮਾਰੀ। ਠੀਕ ਹੈ, ਇਸ ਵਿੱਚ ਹੈ ਇਸਦਾ ਆਨਸਰ ਏ ਅਲਪਕਾਲੀਨ ਰੋਗ। ਜਿਹੜੇ ਰੋਗ ਥੋੜ੍ਹੇ ਸਮੇਂ ਲਈ ਹੁੰਦੇ ਹਨ ਉਹਨਾਂ ਨੂੰ ਕਿਹਾ ਜਾਂਦਾ ਅਲਪਕਾਲੀਨ ਰੋਗ। ਇੱਥੇ ਮੈਂ ਤੁਹਾਨੂੰ ਦੱਸ ਦੇਵਾਂ, ਜਿਹੜੇ ਰੋਗ ਹੁੰਦੇ ਬਹੁਤ ਜ਼ਿਆਦਾ ਲੰਬੇ ਸਮੇਂ ਲਈ ਹੁੰਦੇ ਹੈ ਉਹਨਾਂ ਨੂੰ ਕਿਹਾ ਜਾਂਦਾ ਹੈ ਦੀਰਘਕਾਲੀਨ ਰੋਗ। ਜਿਵੇਂ ਬੁਖਾਰ ਉਦਾਹਰਣ ਹੈ ਅਲਪਕਾਲੀਨ ਰੋਗ, ਥੋੜ੍ਹੇ ਟਾਈਮ ਲਈ ਹੁੰਦਾ ਹੈ। ਕੈਂਸਰ, ਏਡਸ, ਇਹ ਕੁਛ ਰੋਗ ਹਨ ਜਿਹੜੇ ਕਿ ਲੰਬੇ ਸਮੇਂ, ਮਤਲਬ ਕਿ ਜੇ ਕਿਸੇ ਮਨੁੱਖ ਨੂੰ ਇਹ ਤਾਂ ਹੋ ਜਾਣ ਤਾਂ ਬਹੁਤ ਹੀ ਘੱਟ ਚਾਂਸ ਹੈ ਜਿਹੜੇ ਕਿ ਕਿਸੇ ਨੂੰ ਠੀਕ ਹੋਵੇ, ਸਾਰੀ ਉਮਰ ਹੀ ਰਹਿੰਦੇ ਹਨ। ਇਹਨਾਂ ਨੂੰ ਦੀਰਘਕਾਲੀਨ ਰੋਗ ਕਿਹਾ ਜਾਂਦਾ ਹੈ। ਠੀਕ ਹੈ, ਅੱਗੇ ਆ ਗਿਆ ਆਪਣੇ ਕੋਲ ਕੁਐਸਚਨ 8। ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਸੂਖਮ ਜੀਵਾਂ ਜੀਵਾਣੂਆਂ ਰਾਹੀਂ ਫੈਲਣ ਵਾਲੇ ਰੋਗਾਂ ਨੂੰ ਕੀ ਕਹਿੰਦੇ ਹਨ? ਇਸਦੇ ਵੀ ਤੁਹਾਡੇ ਕੋਲ ਚਾਰ ਆਪਸ਼ਨਸ ਹਨ, ਦੀਰਘਕਾਲੀਨ ਰੋਗ, ਅਲਪਕਾਲੀਨ ਰੋਗ, ਛੂਤ ਦੇ ਰੋਗ ਜਾਂ ਅਛੂਤ ਦੇ ਰੋਗ। ਜਿਹੜੇ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਨੂੰ ਸਿੱਧੇ ਸੰਪਰਕ ਨਾਲ ਹੁੰਦੇ ਆ ਉਹ ਕਿਹੜੇ ਰੋਗ ਹੁੰਦੇ ਆ? ਛੂਤ ਦੇ ਰੋਗ ਕਹਿੰਦੇ ਉਹਨਾਂ ਨੂੰ। ਠੀਕ ਹੈ, ਅਗਲਾ ਕੁਐਸਚਨ, ਜਦੋਂ ਕਿਸੇ ਮਰੀਜ਼ ਨੂੰ ਸਲਾਹ ਜਾਂ ਇਲਾਜ ਲਈ ਕਿਸੇ ਮਾਹਰ ਕੋਲ ਭੇਜਿਆ ਜਾਂਦਾ ਹੈ ਤਾਂ ਉਸਨੂੰ ਕੀ ਕਹਿੰਦੇ ਹਨ? ਆਪਸ਼ਨਸ ਹਨ ਰੈਫਰਲ, ਟੀਕਾਕਰਨ, ਪੁਨਰਵਾਸ ਜਾਂ ਐਂਬੂਲੈਂਟਰੀ। ਜਦੋਂ ਕਿਸੇ ਇੱਕ ਮਰੀਜ਼ ਨੂੰ ਕਿਸੇ ਮਾਹਰ ਕੋਲ ਭੇਜਿਆ ਜਾਂਦਾ ਹੈ ਤਾਂ ਉਸਨੂੰ ਕੀ ਕਿਹਾ ਜਾਂਦਾ ਹੈ? ਰੈਫਰਲ। ਠੀਕ ਹੈ, ਯਾਦ ਕਰ ਲਿਓ ਇਹ। ਨੰਬਰ 10, ਜਦੋਂ ਮਰੀਜ਼ ਖੁਦ ਤੁਰਨ ਫਿਰਨ ਯੋਗ ਹੋਵੇ ਤਾਂ ਉਸਨੂੰ ਕੀ ਕਿਹਾ ਜਾਂਦਾ ਹੈ? ਏ ਰੈਫਰਲ, ਬੀ ਟੀਕਾਕਰਨ, ਸੀ ਪੁਨਰਵਾਸ ਜਾਂ ਡੀ ਐਂਬੂਲੈਂਟਰੀ। ਇਸਦਾ ਸਹੀ ਉੱਤਰ ਹੈ ਡੀ, ਜਦੋਂ ਮਰੀਜ਼ ਖੁਦ ਤੁਰਨ ਫਿਰਨ ਯੋਗ ਹੋਵੇ ਤਾਂ ਉਸਨੂੰ ਐਂਬੂਲੈਂਟਰੀ ਕਿਹਾ ਜਾਂਦਾ ਹੈ। ਅਗਲਾ ਕੁਐਸਚਨ, ਸੰਤੁਲਿਤ ਆਹਾਰ ਦੀ ਘਾਟ ਨਾਲ ਹੋਣ ਵਾਲੇ ਰੋਗ ਦਾ ਨਾਂ ਦੱਸੋ। ਬਹੁਤ ਇੰਪੋਰਟੈਂਟ ਕੁਐਸਚਨ ਹੈ, ਮੋਸਟ ਪ੍ਰੋਬੇਬਲੀ ਇਹੀ ਹੈ ਕਿ ਇਗਜ਼ਾਮ ਵਿੱਚ ਆਵੇਗਾ ਹੀ ਆਵੇਗਾ। ਇਸਦਾ ਉੱਤਰ ਹੈ ਤ੍ਰੁਟੀ ਰੋਗ। ਠੀਕ ਹੈ, ਸੰਤੁਲਿਤ ਆਹਾਰ ਦੀ ਘਾਟ ਨਾਲ ਹੋਣ ਵਾਲੇ ਰੋਗ ਨੂੰ ਕੀ ਕਹਿੰਦੇ ਹੈ? ਤ੍ਰੁਟੀ ਰੋਗ। ਠੀਕ ਹੈ, ਅਗਲਾ ਕੁਐਸਚਨ ਆਪਣੇ ਕੋਲ, ਹੇਠ ਲਿਖਿਆਂ ਵਿੱਚੋਂ ਕਿਹੜਾ ਰੋਗ ਛੂਤ ਰੋਗ ਨਹੀਂ ਹੈ? ਇਸ ਵਿੱਚ ਚਾਰ ਆਪਸ਼ਨ ਤੁਹਾਨੂੰ ਦਿੱਤੇ ਹੋਏ ਹੈ, ਚੇਚਕ, ਟੀ ਵੀ, ਕੈਂਸਰ ਜਾਂ ਸਾਰੇ। ਦੇਖੋ ਇਸ ਵਿੱਚੋਂ ਜਿਹੜਾ ਚੇਚਕ ਹੈ ਉਹ ਵੀ ਛੂਤ ਦਾ ਰੋਗ ਹੈ, ਟੀ ਵੀ ਹੈ ਜਿਹੜਾ ਇਹ ਵੀ ਛੂਤ ਦਾ ਰੋਗ ਹੈ, ਕੈਂਸਰ ਹੈ ਜਿਹੜਾ ਇਹ ਛੂਤ ਦਾ ਰੋਗ ਨਹੀਂ ਹੈ। ਠੀਕ ਹੈ, ਇਸ ਲਈ ਆਪਣਾ ਸੀ ਆਪਸ਼ਨ ਜਿਹੜਾ ਉਹ ਸਹੀ ਹੋਵੇਗਾ। ਅੱਜ ਦੀ ਵੀਡੀਓ ਵਿੱਚ ਇੰਨਾ ਹੀ। ਮੈਂ ਤੁਹਾਡੇ ਲਈ ਮਟੀਰੀਅਲ ਥੋੜ੍ਹਾ ਲੈ ਕੇ ਆ ਰਿਹਾ, ਪਰੰਤੂ ਮੈਂ ਸਿਰਫ ਕੁਛ ਉੱਦਾਂ ਦੇ ਕੁਐਸਚਨ ਕਰਾ ਰਿਹਾ ਤੁਹਾਨੂੰ ਜੋ ਬਹੁਤ ਇੰਪੋਰਟੈਂਟ ਹੈ। ਬੇਫਾਲਤੂ ਕੁਐਸਚਨ ਮੈਂ ਤੁਹਾਨੂੰ ਬਿਨਾਂ ਵਜ੍ਹਾ ਤੋਂ ਟਾਈਮ ਨਹੀਂ ਖਰਾਬ ਕਰ ਰਿਹਾ ਤੁਹਾਡਾ। ਠੀਕ ਹੈ, ਇਸ ਤੋਂ ਇਲਾਵਾ ਤੁਸੀਂ ਆਪਣੇ ਬੇਸ ਉੱਤੇ ਵੀ ਇਸ ਦੀ ਤਿਆਰੀ ਕਰੋ, ਕਿਉਂਕਿ ਇਗਜ਼ਾਮ ਨੇੜੇ ਆ ਰਿਹਾ ਹੈ। ਵੱਧ ਤੋਂ ਵੱਧ ਤਿਆਰੀ ਕਰੋ ਸਾਰੇ ਜਣੇ, ਸਾਰਿਆਂ ਲਈ ਦਾ ਇਗਜ਼ਾਮ ਜਿਹੜਾ ਉਹ ਕਲੀਅਰ ਹੋਵੇ ਅਤੇ ਜੋ ਜੋ ਮਿਹਨਤ ਕਰ ਰਹੇ ਹਨ ਉਹ ਨੌਕਰੀ ਪਾਉਣ। ਠੀਕ ਹੈ, ਇਸ ਤੋਂ ਇਲਾਵਾ ਇਸੇ ਤਰ੍ਹਾਂ ਦੀ ਹੋਰ ਵੀਡੀਓਜ਼ ਦੇਖਣ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਬੈੱਲ ਆਈਕਨ ਨੂੰ ਦਬਾ ਲਿਓ, ਅਤੇ ਇਹਨਾਂ ਦੇ ਜਿਹੜੇ PDF ਹੈ ਉਹ ਮੈਂ ਟੈਲੀਗ੍ਰਾਮ ਅਤੇ ਇੰਸਟਾਗ੍ਰਾਮ 'ਤੇ ਪਾ ਦੇਵਾਂਗਾ। ਦੋਨਾਂ ਦੇ ਤੁਸੀਂ ਲਿੰਕ ਹੈ ਜਿਹੜੇ ਉਹ ਡਿਸਕ੍ਰਿਪਸ਼ਨ ਬਾਕਸ ਵਿੱਚੋਂ ਜਾ ਕੇ ਜੁਆਇਨ ਕਰ ਸਕਦੇ ਹੋ। ਬਾਕੀ ਮੈਂ ਹੋਰ ਸਰਚ ਕਰਕੇ ਤੁਹਾਡੇ ਲਈ ਕੁਐਸਚਨ ਲੈ ਕੇ ਆਉਂਦਾ। ਅੱਜ ਦੀ ਵੀਡੀਓ 'ਚ ਇੰਨਾ ਹੀ, ਧੰਨਵਾਦ।